ਜਿਹੜਾ ਸ਼ੋਅ ਕਰਨ ਦਾ ਮੇਰਾ ਮੇਨ ਮੋਟਿਵ ਉਹਨਾਂ ਵਾਸਤੇ ਹੈ ਜਿਹਨਾਂ ਦੀਆਂ ਫਾਈਲਸ ਲੱਗੀਆਂ ਹੋਈਆਂ ਔਰ ਉਹਨਾਂ ਦੇ ਬਾਇਓਮੈਟ੍ਰਿਕ ਇੰਸਟਰਕਸ਼ਨ ਲੈਟਰ ਨਹੀਂ ਆ ਰਿਹਾ। ਥੋੜ੍ਹੀ ਜਿਹੀ ਪੈਨਿਕ ਸਿਚੁਏਸ਼ਨ ਹੈਗੀ ਆ, ਕਿਉਂਕਿ ਕਾਫੀਆਂ ਨੇ ਜਿਹੜੀ ਫਾਈਲ ਲਗਾਈ ਹੁੰਦੀ ਆ ਉਹ ਇੱਕ ਪਲੈਨਡ ਫਾਈਲ ਹੁੰਦੀ ਆ, ਲਾਈਕ ਕਿ ਸਾਡਾ ਉੱਥੇ ਓਕੇਜ਼ਨ ਹੈਗਾ ਜਾਂ ਕੈਨੇਡਾ ਡੇ ਦੀ ਲਗਾਈ ਹੋਈ ਆ, ਔਰ ਹਾਲੇ ਤੱਕ ਉਹਨਾਂ ਦੇ ਬਾਇਓਮੈਟ੍ਰਿਕ ਨਹੀਂ ਹੋ ਰਹੇ। ਰਸ਼ ਹੋਣ ਕਰਕੇ, ਰਸ਼ ਕਿਉਂ ਆ, ਕਿਉਂਕਿ ਕੈਨੇਡਾ ਦਾ ਇਸ ਟਾਈਮ ਵੀਜ਼ਾ ਸਕਸੈਸ ਰੇਟ ਬਹੁਤ ਵਧੀਆ ਚੱਲ ਰਿਹਾ ਵਾ, ਸੋ ਬਾਇਓਮੈਟ੍ਰਿਕ ਕੋਈ ਬੰਦ ਨਹੀਂ ਹੋਏ ਆ। ਟਾਈਮ ਲੱਗ ਰਿਹਾ, ਜਿਹੜੇ ਬਾਇਓਮੈਟ੍ਰਿਕ ਪਹਿਲੇ 24 ਆਵਰਸ ਜਾਂ 48 ਆਵਰਸ 'ਚ ਆ ਜਾਂਦੇ ਸੀ, ਦੈਨ ਇੱਕ ਟਰੈਂਡ ਆਇਆ ਜਦੋਂ ਦੋ ਦੋ ਤਿੰਨ ਤਿੰਨ ਦਿਨ ਲੱਗਣ ਲੱਗ ਪਏ। ਹੁਣ ਜਿਹੜਾ ਟਰੈਂਡ ਹੈਗਾ ਵਾ ਉਹ 10 to 15 ਡੇਜ਼ ਈਜ਼ੀਲੀ ਹੈਗਾ, ਸੋ ਪੈਨਿਕ ਹੋਣ ਵਾਲਾ ਕੋਈ ਇੱਦਾਂ ਦੀ ਸਿਚੁਏਸ਼ਨ ਨਹੀਂ ਹੈਗੀ ਆ। ਬਾਕੀ ਮੈਂ ਇੱਕ ਚੀਜ਼ ਹੋਰ ਕਲੀਅਰ ਕਰ ਦਿੰਦੀ ਹਾਂ ਕਿ ਜ਼ਰੂਰੀ ਨਹੀਂ ਆ ਕਿ ਜਿਹੜਾ ਤੁਸੀਂ ਪਲਾਨ ਪਾਇਆ ਉਹਦੇ ਕਰਕੇ ਹੀ ਤੁਹਾਡਾ ਵੀਜ਼ਾ ਆਉਂਦਾ। ਉਹ ਦੇਖੋ ਇੱਕ ਪਲੈਨਿੰਗ ਹੁੰਦੀ ਆ, ਸੋ ਪਲੈਨਿੰਗ ਕਰਕੇ ਤੁਹਾਡਾ ਮੀਨਸ ਕਿ ਸਪੋਜ਼ ਕਰੋ ਜਿਹਨਾਂ ਦੀ ਹਾਲੇ ਫਾਈਲ ਲੇਟ ਹੋ ਰਹੀ ਆ ਉਹਨਾਂ ਦੇ ਮਨ 'ਚ ਆ ਕਿ ਅਸੀਂ ਸਪੋਜ਼ ਕਰੋ ਲਾਈ ਆ ਕਿ 20 June ਨੂੰ ਅਸੀਂ ਜਾਣਾ, ਵੀ ਟਾਈਮ ਤਾਂ ਬਹੁਤ ਥੋੜ੍ਹਾ ਰਹਿ ਗਿਆ ਵਾ, ਠੀਕ ਹੈ, ਸੋ ਉਹਨਾਂ ਦਾ ਵੀਜ਼ੇ ਦਾ ਰਿਫਿਊਜ਼ਲ ਦਾ ਇਹ ਬੇਸ ਕਦੀ ਵੀ ਨਹੀਂ ਹੋਊਗਾ, ਠੀਕ ਹੈ। ਸੋ ਉਹ ਤੋਂ ਇਲਾਵਾ ਇਸ ਟਾਈਮ ਕੈਨੇਡਾ ਬਹੁਤ ਵਧੀਆ ਵੀਜ਼ਾ ਦੇ ਰਹੀ ਆ, ਮੈਂ ਤਾਂ ਇਹੀ ਗਾਈਡ ਕਰੂੰਗੀ ਕਿ ਜਿਹਨਾਂ ਨੇ ਜਾਣਾ ਹੈ ਨਹੀਂ ਜਾਣਾ, ਕਿਉਂਕਿ ਇਟਸ ਅ ਮਲਟੀਪਲ ਵੀਜ਼ਾ, ਜਿੰਦੀ ਤੁਹਾਡੀ ਪਾਸਪੋਰਟ 'ਤੇ ਵੈਲਿਡਿਟੀ ਆ ਉਹਨਾਂ ਵੀਜ਼ਾ ਆਉਂਦਾ, 6 month ਦੀ ਐਂਟਰੀ ਹੁੰਦੀ ਆ, ਐਂਡ ਤੁਹਾਡੇ ਕੋਲ ਸਪੋਂਸਰ ਹੈਗੀ ਆ, ਦੈਨ ਵੈਲ ਐਂਡ ਗੁੱਡ, ਨਹੀਂ ਹੈਗੀ ਆ ਤੁਸੀਂ ਹੋਟਲ ਕਨਫਰਮੇਸ਼ਨ 'ਤੇ ਲਗਾ ਸਕਦੇ ਹੋ, ਡਾਕੂਮੈਂਟਸ ਦੀ ਚੈੱਕਲਿਸਟ ਲਈ ਟੀਮ ਨਾਲ ਲਿੰਕ ਕਰ ਸਕਦੇ ਹੋ, ਸਾਡੀਆਂ 3 ਬ੍ਰਾਂਚਸ ਆ, ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਜਿਹੜੀ ਵੀ ਤੁਹਾਨੂੰ ਨੀਅਰ ਪੈਂਦੀ ਹੈ ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ, ਔਰ ਤੁਸੀਂ ਸਾਡੇ ਤੋਂ ਔਨਲਾਈਨ ਫੈਸਿਲਿਟੀ ਵੀ ਲੈ ਸਕਦੇ ਹੋ। ਸਤਿ ਸ਼੍ਰੀ ਅਕਾਲ।